यस बेटे, आपां कल दी क्लास विच कहानी समझी सी बस कंडक्टर, जो कि दिलीप कौर टिवाणा दी लिखी हुई है। दिलीप कौर टिवाणा ने बहुत सारियां कहानियां लिखियां ने, क्योंकि वो कहानीकार दे तौर ते प्रसिद्ध हुई है, ते उहदा एक नावल भी है इहो हमारा जीवना, ठीक है, जिते उहनूं पुरस्कार भी मिले, बहुत सारे पुरस्कार मिले, पद्म श्री, पंजाबी साहित्य रत्न, पंजाबी साहित्य अकादमी दे अवार्ड मिले दिलीप कौर टिवाणा नूं। ते जिहड़ी बस कंडक्टर कहानी है, ये कहानी किस रूप में लिखी है, बस कंडक्टर का केड़ा रूप साडे सामने आया, केड़े सच्चे सुच्चे पवित्र प्रेम दे रिश्ते दी इस कहानी विच गल कीती कहानीकार ने। बस कंडक्टर का नाम है जीत, ते लेडी डॉक्टर है पाली। ये दो पात्र ने जिन्हां दे दुआले पूरी कहानी घूमदी है। मुख पात्र बस कंडक्टर है जीत, जो के लेडी डॉक्टर पाली दे विच ਕਿਹੜਾ ਪਿਆਰ ਉਹਨੂੰ, ਕਿਹੜੀ ਜਜ਼ਬਾਤ ਉਹਨੂੰ, ਕਿਹੜੇ ਭਾਵ ਉਹਨੂੰ ਨਜ਼ਰ ਆਉਂਦੇ ਨੇ, ਕਿਹੜਾ ਰਿਸ਼ਤਾ ਉਹਨੂੰ ਨਜ਼ਰ ਆਉਂਦਾ ਹੈ। ਇਹ ਕਹਾਣੀ ਪੜ੍ਹ ਕੇ ਤੁਹਾਨੂੰ ਕਲੀਅਰ ਹੋਏਗਾ, ਤੇ ਐਂਡ ਤੇ ਜਿਹੜੀ ਕਹਾਣੀ ਹੈ ਜਦੋਂ ਸਿਖਰ ਤੇ ਪਹੁੰਚਦੀ ਤਾਂ ਪਤਾ ਚੱਲਦਾ ਹੈ ਕਿ ਕਿਹੜੇ ਰਿਸ਼ਤੇ ਦੇ ਵਿੱਚ ਉਹ ਲੇਡੀ ਡਾਕਟਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਬਹੁਤ ਜ਼ਿਆਦਾ ਧਿਆਨ ਰੱਖਦਾ ਹੈ, ਉਹਦੇ ਵੱਲ ਤਵੱਜੋ ਦਿੰਦਾ, ਉਹਦੇ ਵੱਲ ਉਚੇਚ ਧਿਆਨ ਹੈ ਉਹਦਾ ਜਦੋਂ ਬੱਸ ਲੈ ਕੇ ਜਾਂਦਾ ਹੈ, ਕਿਉਂਕਿ ਬੱਸ ਕੰਡਕਟਰ ਦਾ ਕੰਮ ਹੈ ਬੱਸ ਨੂੰ ਥਾਂ ਥਾਂ ਤੇ ਜਦੋਂ ਵੀ ਸਟੋਪ ਜਾਏ ਉੱਥੇ ਰੋਕਣਾ, ਸਵਾਰੀਆਂ ਨੂੰ ਆਵਾਜ਼ਾਂ ਦੇਣੀਆਂ, ਸਵਾਰੀਆਂ ਨੂੰ ਬਿਠਾਉਣਾ, ਉਹਨਾਂ ਦੀ ਸੀਟ ਦਾ ਪ੍ਰਬੰਧ ਕਰਨਾ, ਠੀਕ ਹੈ, ਟਿਕਟ ਕੱਟਣੀ, ਇਹ ਬੱਸ ਕੰਡਕਟਰ ਦਾ ਕੰਮ ਹੈ। ਤੇ ਜੀਤ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ, ਬਹੁਤ ਹੀ ਸਾਊ ਪਾਤਰ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਬਹੁਤ ਹੀ ਸ਼ਰੀਫ, ਔਰ ਜਦੋਂ ਕਹਾਣੀ ਪੜਾਂਗੇ ਤਾਂ ਜਜ਼ਬਾਤੀ ਵੀ ਬਹੁਤ ਹੈ, ਔਰ ਭਾਵਾਂ ਦੀ ਆਪਣੇ ਅੰਦਰਲੇ ਰਿਸ਼ਤਿਆਂ ਦੀ ਕਦਰ ਕਰਦਾ ਹੈ, ਉਹਨਾਂ ਰਿਸ਼ਤਿਆਂ ਨੂੰ ਜਿਉਣਾ ਚਾਹੁੰਦਾ ਹੈ। ਜੇ ਉਹਦੇ ਤੋਂ ਰਿਸ਼ਤੇ ਖੁਸ ਵੀ ਗਏ ਨੇ, ਵਿਛੜ ਵੀ ਗਏ ਨੇ, ਤਾਂ ਉਹ ਰਿਸ਼ਤਿਆਂ ਨੂੰ ਜਿਹੜੇ ਸੰਸਾਰ ਵਿੱਚ ਵਿਚਰ ਰਹੇ ਲੋਕ ਨੇ ਉਹਨਾਂ ਵਿੱਚੋਂ ਉਸ ਰਿਸ਼ਤੇ ਨੂੰ ਲੱਭਦਾ ਹੈ। ਇਹ ਕਹਾਣੀ ਵਿੱਚ ਆਪਾਂ ਰੀਡ ਕਰਨਾ। ਯੈਸ ਬੇਟੇ, ਸਟਾਰਟ ਕਰੋ ਕਹਾਣੀ, ਕੌਣ ਕਰੇਗਾ? ਕੱਲ ਆਪਾਂ ਸਟਾਰਟ ਕੀਤੀ ਸੀ, ਇੱਕ ਪੈਰਾ ਰੀਡ ਕੀਤਾ ਸੀ ਲੀਜ਼ਾ ਨੇ। ਯੈਸ ਬੱਚੇ, ਅੱਜ ਕੌਣ ਸਟਾਰਟ ਕਰੇਗਾ ਬੱਚੇ ਰੀਡਿੰਗ? हाँ प्राची, यस बेटे प्राची, यस मैम। बस दी खड़कड़, यस मैम। बस पहले तो स्टार्ट कर दो बेटे। लेडी डॉक्टर पाली दी बदली नाभे तो पटियाला दी हो गई। घर वाले कोशिश कर रहे सन कि बदली रुकवा ली जावे, जिस करके ओ पटियाले मकान लैके रहन दी थां वड्डे डॉक्टर तो इजाजत लैके हर रोज बस ते सवेरे नाभे तो चली जांदी ते आथण नूं परत आउंदी। यस, उसी बदली नाभे तो पटियाले हो गई है, ते उहने वड्डी जिहड़ी डॉक्टर तो इजाजत लै लई के हर रोज ਉਹ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਵੇਲੇ ਵਾਪਸ ਪਰਤਦੀ। ਯੈਸ ਬੱਚੇ, ਬੱਸਾਂ ਦੀ ਖੜਖੜ ਗਰਮੀ, ਪਸੀਨਾ, ਪੀੜ ਤੇ ਕੰਡਕਟਰ ਦੀਆਂ ਬੇਹੂਦਾ ਹਰਕਤਾਂ, ਅਸੱਭਿਆ ਬੋਲਾਂ ਤੋਂ ਉਹਦਾ ਡਾਡਾ ਜੀ ਕਾਲਾ ਪੈਂਦਾ। ਪਰ ਕੁਝ ਦਿਨਾਂ ਦੀ ਹੀ ਗੱਲ ਹੈ, ਇਹ ਸੋਚ ਕੇ ਉਹ ਸਭ ਕੁਝ ਸਹਿ ਜਰ ਲੈਂਦੀ। ਜਿਸ ਦਿਨ ਜੀਤ ਦੀ ਆਪਾਂ ਸਮਝਦੇ ਹਾਂ ਕਿ ਜਿਹੜੇ ਜਦੋਂ ਆਪਾਂ ਬੱਸ ਵਿੱਚ ਸਫ਼ਰ ਕਰੀਏ ਨਾ, ਸਫ਼ਰ ਦੇ ਦੌਰਾਨ ਸਵਾਰੀਆਂ ਦੇ ਵੀ ਬੋਲ ਬੋਲ ਕਈ ਵਾਰੀ ਸਾਨੂੰ ਸੁਣਨ ਨੂੰ ਮਿਲਦੇ ਨੇ ਕਿ ਉਹ ਆਪਸ ਵਿੱਚ ਬੱਸ ਕੰਡਕਟਰ ਨਾਲ ਬਹਿਸ ਕਰ ਲੈਂਦੇ ਨੇ ਟਿਕਟ ਨੂੰ ਲੈ ਕੇ, ਸੀਟ ਨੂੰ ਲੈ ਕੇ, ਤੇ ਕਈ ਵਾਰੀ ਜਿਹੜੇ ਸਵਾਰੀਆਂ ਨੇ ਉਹ ਹੋਰ ਤਰ੍ਹਾਂ ਦੀਆਂ ਹਰਕਤਾਂ ਵੀ ਕਰਦੀਆਂ, ਬੇਹੂਦਾ ਮੀਨਸ ਸ਼ਰਮਨਾਕ ਹਰਕਤਾਂ, ਔਰ ਕਈ ਵਾਰੀ ਬੱਸ ਕੰਡਕਟਰ ਦੀਆਂ ਵੀ ਹਰਕਤਾਂ ਬਹੁਤ ਮਾੜੀਆਂ ਹੁੰਦੀਆਂ ਨੇ, ਉਹ ਸਵਾਰੀਆਂ ਨੂੰ ਟੁੱਟ ਟੁੱਟ ਕੇ ਪੈਂਦੇ ਨੇ। ਅਸਭਿਆ, ਅਸਭਿਆ ਦਾ ਮਤਲਬ ਕੀ ਹੁੰਦਾ? ਇੱਕ ਹੁੰਦਾ ਸੱਭਿਅਕ, ਜਿਹੜਾ ਕਿ ਤਹਿਜ਼ੀਬ ਨਾਲ ਗੱਲ ਕਰੇ, ਇੱਕ ਹੁੰਦਾ ਅਸਭਿਅਕ, ਜਿਹਨੂੰ ਲਿਆਕਤ ਨਹੀਂ ਹੈ, ਤਹਿਜ਼ੀਬ ਨਹੀਂ ਹੈ। ਕਹਿੰਦੇ ਜਦੋਂ ਅਜਿਹੇ ਬੋਲ ਨੂੰ ਬੱਸ ਸਫ਼ਰ ਦੇ ਦੌਰਾਨ ਮਹਿਸੂਸ ਹੁੰਦੇ ਨੇ ਤਾਂ ਬਹੁਤ ਹੀ ਜਿਹੜਾ ਉਦਾਸ ਆਪਣੇ ਆਪ 'ਚ ਮਹਿਸੂਸ ਕਰਦੀ ਹੈ, ਉਹਨੂੰ ਚੰਗਾ ਨਹੀਂ ਲੱਗਦਾ, ਇਹ ਸਭ ਕੁਝ ਸਹਿਣ ਕਰੀ ਜਾਂਦੀ ਹੈ, ਕਿਉਂਕਿ ਬੱਸ ਦਾ ਸਫ਼ਰ ਤਾਂ ਕਰਨਾ ਹੀ ਹੈ, ਕਿਉਂਕਿ ਉਹਦਾ ਤਬਾਦਲਾ ਹੋ ਗਿਆ ਤੇ ਉਹਨੂੰ ਰੋਜ਼ ਸਫ਼ਰ ਕਰਕੇ ਜਾਣਾ ਪੈਂਦਾ ਹੈ। ਪਰ ਉਹਨੂੰ ਇਹ ਜਿਹੜੇ ਬੋਲ ਨੇ ਨਾ ਲੋਕਾਂ ਦੇ, ਜਿਹੜੇ ਲੋਕ ਅਸੱਭਿਅਕ ਹੁੰਦੇ ਨੇ ਬੱਸ ਕੰਡਕਟਰ, ਉਹਨਾਂ ਦੇ ਬੋਲ ਉਹਨੂੰ ਚੰਗੇ ਨਹੀਂ ਲੱਗਦੇ। ਕਈ ਵਾਰੀ ਸਵਾਰੀਆਂ ਵੀ ਇੱਦਾਂ ਦੇ ਬੋਲ ਬੋਲਦੀਆਂ ਨੇ ਜਿਨ੍ਹਾਂ ਨੂੰ ਪੜ੍ਹਾਈ ਲਿਖਾਈ ਇੰਨੀ ਨਹੀਂ ਹੁੰਦੀ ਜਿਨ੍ਹਾਂ ਦੇ ਕੋਲ। ਯੈਸ ਬੇਟੇ, ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ, ਉਹ ਥੋੜੀ ਸੌਖੀ ਰਹਿੰਦੀ ਕਿਉਂਕਿ ਉਸ ਬੱਸ ਦਾ ਕੰਡਕਟਰ ਬੜਾ ਸਾਊ ਦਿਸਦਾ ਸੀ। ਰੂਟੀਨ ਵਿੱਚ ਤਾਂ ਜਿਹੜੇ ਬੱਸ ਕੰਡਕਟਰ ਨੇ ਉਹਨਾਂ ਦੀ ਬੋਲਬਾਣੀ ਅੱਛੀ ਨਹੀਂ ਹੈ, ਪਰ ਜਿਸ ਦਿਨ
बस कंडक्टर जीत आंदा ना बस लैके, तां उन्हूं ना लगदा कि अज मैं चैन नाल सफर कर सकांगी। और अपनी जड़ी जाके हस्पताल विच ड्यूटी वो भी चंगी तरह कर सकांगी, क्योंकि जदों बस का सफर करके जाती कई बार जो बोल कबोल सुनती है ना, तो सारा दिन वह मन भी नहीं लगता अपनी ड्यूटी में, जड़ी कि ड्यूटी च जड़ी डॉक्टर की ड्यूटी है। पर जिस दिन जीत आंदा ना, बस कंडक्टर का नाम की है जीत, जो कि कहानी का मुख्य पात्र है, जिस दिन जीत आंदा ना उन्हें बहुत चंगा लगता कि हूँ मेरा जरा दिन है ना अच बड़ा सौखा निकल जाना, क्योंकि साऊ है, शरीफ है, इसकी बोलबाणी भी अच्छी है। हाँ कई बार सवारियां जड़िया ने जो तो बहस कर लग जाए तो बस कंडक्टर बोल कबोल भी बोलने पैदा है। यस यस बेटे, नेक्स्ट, अगे बच्चे कंटिन्यू करो। बैग भी पूरी पासे भी नौकरे एक ते ज्यादा सफर करन वाले एक मुसाफर पाई ने जीत नु पूछया, ए बैग वाली कुड़ी कासे विच नौकर है, एक दिन रोजाना सफर करन वाले एक मुसाफिर पाई ने जीत नु पूछया, आहो जी डॉक्टर नी है, वड्डी डॉक्टर नी, आधे ने पूरा 300 रुपया तनखा लेंदी है। जीत ने टिकट फड़ाउंदया हौली जिहे कहा दस्या, यस, कहते उन्होंने विचों किसी ने पूछा कि कौन है बैग वाली, कह डॉक्टर नहीं है। आपा लिंग बदलो, कहते डॉक्टर का डॉक्टर नहीं भी होंगे, डॉक्टरानी भी होंगे, लिंग बदलो। तो कहते कि तनखा दी 300 रुपया। ये सारे वन मार्क क्वेश्चन आने हैं, वन मार्क क्वेश्चन भी आने ने कहानी चो, तो 2 मार्क्स क्वेश्चन भी। और 2 मार्क्स क्वेश्चन जड़े ने 2 पार्ट्स बना के भी आ जाते हैं कि लेडी डॉक्टर का की नाम है, वो की करती, तो तनखा कि। ये 2 मार्क्स क्वेश्चन बन गया पैरा वाइज। हुण पैरा वाइज ही क्वेश्चंस नोट कर लेना, आपां बाद च डिस्कस करांगे। बैक एक्सरसाइज क्वेश्चन तो बिना जड़े एक्स्ट्रा क्वेश्चंस ने 2 मार्क्स। यस बेटी, जी अजकल ता कुड़ियां भी आदमियां तो वध कमाउंदियां ने, तदे ता आदमियां दा रोब नहीं रहा, नाल ही सीट ते बैठे अधखड़ जेहे बंदे ने आख्या। हाँ कहते वो लेडी डॉक्टर वाल देख के ना सवारियां आपस में गल्लां करदियां ने कि लेडी ये डॉक्टरानी है, जदों ने दस्या कंडक्टर ने तेरा 300 रुपया की तनखा है, तो कहते अजकल तो कुड़ियां आदमियों के बराबर कमा, आदमियों तो भी वह कमा ने, इस करके तो आदमियों का कुड़िया लेडीज से रोब नहीं रहा। अधखड़ बंदे ने, अधखड़ उम्र का बंदा मीनस 35-40 साल का बंदा है, वह आपस में गल्ला बातें कर रहे। यस जी भावे किन्ना ही कमाउन, घराणिया दिया कानू आदमिया सामने अखां चुकदियां ने, ए ता ते आ कुड़ी डॉक्टर नी, मैं कई बारी पटियाले जांदी रहना वा, देखी है सोरी सॉरी दे जानी मुंह विच बोल। बोकली नहीं है। हाँ ओदी शराफत ने भी गल कीती है, कहिंदे इहदे तां बोल ही नहीं है। पाली वाल तकदियां सीट ते बैठे एक सरदार ने की कहा, कहिंदा मैं कुड़ी नूं रोज देखदा पर इहदे तां मुंह विच बोल ही है नहीं तां आ अजकल दियां कुड़ियां दे नूं तां कोई शर्म ही है नहीं। कहिंदा जी भावें किन्ना भी कमाण, घरानियां दियां कानू आदमियां सामने अखां चुकदियां ने, जिहड़े घराने वड्डे वड्डे घरां दियां जिहड़ियां कुड़ियां ने घरानियां नूं, वो कहिंदे ने घराने मीनस खानदानी कुड़ियां, तां शर्म महसूस करदियां ने कि गल कर लगे उहनां दियां अखां चुकदियां ने। पर अजकल तां हुण हर खेत्र विच कुड़ियां जिहड़ियां ने अगे वध रहियां ने, इस करके वो कोई शर्म महसूस नहीं करदियां। फिर वो गल करदा है इस कुड़ी दी इशारा करके, पाली जिहड़ी लेडी डॉक्टर है ये तां बोलदी नहीं, कहिंदे कुछ ज्यादा नहीं बोलदी, बड़ी रिजर्व नेचर है। यस बच्चे, नेक्स्ट कौन रीडिंग करेगा? ख्याति, ख्याति अनम्यूट योर सेल्फ बेटे, ख्याति। यस बच्चे, ख्याति बेटे रीडिंग करो। ख्याति होर कौन करेगा बेटे रीडिंग? चारवी बेटे रेज योर हैंड्स विलिंगली। बच्चे रीडिंग भी तुहाडे इंटरनल असैसमेंट का पार्ट है, रीडिंग करनी थोड़ी कोई मुश्किल है, तो अपनी पंजाबी लैंग्वेज है, अपनी मात भाषा है। हाँ बच्चे रीडिंग करोगे ताई तो उन्हें समझ आएगी ना। दिव्या तुसी करो रीडिंग बेटे, दिव्या। यस मैम। हाँ बेटे, या रब साड़ी भी किसे
ਫਿਕਰਾਂ ਵਿੱਚ ਰਹਿ ਗਏ ਜਦੋਂ ਟਿਕਟਾਂ ਫੜਾਉਂਦਿਆਂ ਗੁਲਾਬੀ ਜਿਹੇ ਕੁਰਤੇ ਵਾਲੇ ਧੇਲੇ ਨੇ ਸ਼ੁਕੀਨ ਵੱਲ ਜੀਤ ਨੂੰ ਘੂਰ ਕੇ ਤੱਕਿਆ ਤੇ ਆਖਿਆ, ਕਿਉਂ ਬਈ ਓਏ, ਜਾਣ ਦੀ ਹੈ ਸਲਾਹ ਲਾ ਦੀਆਂ ਹੁਣੇ ਲਾ ਦਿਆ ਹੀ ਹੁਣੇ ਪੁੰਜੇ। ਹਾਂ ਕਹਿੰਦਾ ਮੈਂ ਤੈਨੂੰ ਉਤਾਰ ਦਿਆ ਹੁਣੇ, ਹਾਂ ਗੁਲਾਬੀ ਜੇ ਕੁਰਤੇ ਵੇਲੇ ਵਾਲੇ ਧੇਲੇ ਦੇ ਸ਼ੌਕੀਨ, ਧੇਲੇ ਦੇ ਵਿੱਚ ਜਿਹੜਾ ਨਿਕੰਮਾ ਵਿਅਕਤੀ ਹੈ, ਧੇਲੇ ਦੇ ਸ਼ੌਕੀਨ ਜਿਹਨੂੰ ਅਕਲ ਹੀ ਹੈ ਨਹੀਂ, ਉਹਨੇ ਘੂਰ ਕੇ ਦੇਖਿਆ ਕਿ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਕਿ ਮੈਂ ਤੈਨੂੰ ਉਤਾਰ ਦੇਣਾ ਬੱਸ ਚੋਂ ਜੇ ਤੂੰ ਏਦਾਂ ਦੀਆਂ ਗੱਲਾਂ ਕੀਤੀਆਂ। ਮੈਂ ਤਾਂ ਕੰਡਕਟਰ ਸਾਹਿਬ ਕੁਛ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੋਏ ਹੁੰਦੇ ਹੋ। ਹਾਂ ਕੰਡਕਟਰ ਨੂੰ ਨਾ, ਬਸ ਕੰਡਕਟਰ ਜੀਤ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਐਵੇਂ ਅੱਧ ਖੜ ਉਮਰ ਦੇ ਬੰਦੇ ਨੇ ਐਵੇਂ ਆਪਸ ਵਿੱਚ ਲੇਡੀਜ਼ ਦੀਆਂ ਗੱਲਾਂ ਕਰੀ ਜਾਂਦੇ ਨੇ। ਪਾਲੀ ਨੂੰ ਜਦੋਂ ਜੀਤ ਨੇ ਟਿਕਟਾਂ ਫੜਾਈਆਂ ਤਾਂ ਉਹ ਅੱਗੋਂ 10 ਦਾ ਨੋਟ ਕੱਢ ਕੇ ਫੜਾਉਣ ਲੱਗੀ। ਹਾਂ ਕਹਿੰਦੇ ਉਹਨੇ 10 ਦਾ ਨੋਟ ਕੱਢ ਕੇ ਫੜਾਇਆ ਪਾਲੀ ਨੇ ਜਦੋਂ ਬਸ ਕੰਡਕਟਰ ਜੀਤ ਨੇ ਉਸਨੂੰ ਟਿਕਟ ਫੜਾਈ। ਪਾਣ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ ਦੇ ਦੇਣਾ, ਆਖ ਉਹ ਅਗਾਂ ਲੰਘ ਗਿਆ। 10 ਰੁਪਏ ਟਿਕਟ ਨਹੀਂ ਹੈ, ਕੁਝ ਪੈਸਿਆਂ ਦੀ ਟਿਕਟ ਹੈ, ਥੋੜੇ ਜਿਹੇ ਪੈਸਿਆਂ ਦੀ, 10 ਰੁਪਿਆਂ ਦੀ ਥੋੜੀ। ਉਹ ਕਹਿੰਦਾ ਮੇਰੇ ਕੋਲ ਚੇਂਜ ਨਹੀਂ ਹੈ। ਕੋਈ ਨੀ, ਤੁਸੀਂ ਕੱਲ ਦੇ ਦੇਣਾ। ਉਹਦੇ ਨਾਲ ਉਹ ਲਿਹਾਜ਼ੀ ਤੌਰ ਤੇ ਕਹਿੰਦਾ ਕਹਿੰਦਾ ਕੋਈ ਗੱਲ ਨੀ, ਤੁਹਾਡੇ ਤਾਂ ਰੋਜ਼ ਦਾ ਆਉਣਾ ਜਾਣਾ, ਕੱਲ ਦੇ ਦੇਣਾ ਪੈਸੇ, ਕਿਉਂਕਿ ਜਿਹੜੀ ਸਵਾਰੀ ਰੋਜ਼ ਆਉਂਦੀ ਜਾਂਦੀ ਹੋਵੇ ਨਾ ਉਹਦੀ ਜਾਣ ਪਛਾਣ ਹੋ ਜਾਂਦੀ ਹੈ। ਅੱਗੋਂ ਇੱਕ ਬੁੱਢੀ ਨੇ ਵੀ ਹੋਰ 10 ਦਾ ਨੋਟ ਹੀ ਕੱਢਿਆ। ਮਾਈ ਟੁੱਟੇ ਪੈਸੇ ਨਹੀਂ ਮੇਰੇ ਕੋਲ, 10.5 ਆਨੇ ਸਾਰੇ ਪਾੜੇ ਦੇ ਹੁੰਦੇ ਨੇ ਤੇ ਆਡਾ ਸਾਰਾ ਨੋਟ ਕੱਢ ਫੜਾਉਂਦੇ ਹੋ, ਚੰਗਾ ਜਾਤ ਹੈ। ਇੱਥੇ ਕੀ ਹੈ ਕਿ ਉਹਦਾ ਬਿਹੇਵੀਅਰ ਬਦਲ ਗਿਆ। ਪਾਲੀ ਦੇ ਲਈ ਉਹਦਾ ਬਿਹੇਵੀਅਰ ਬੜਾ ਹੀ ਵਧੀਆ, ਪਰ ਇੱਕ ਬੁੱਢੀ ਔਰਤ ਦੇ ਲਈ ਉਹਦਾ ਬਿਹੇਵੀਅਰ ਕਹਿੰਦਾ ਕਹਿੰਦਾ ਇੱਕ 10 ਆਨੇ ਭਾੜਾ ਨਹੀਂ ਹੈ, ਭਾੜਾ ਮੀਨਸ ਕਿਰਾਇਆ ਨਹੀਂ ਹੈ ਬੱਸ ਦਾ, ਭਾੜਾ ਮਤਲਬ ਹੈ ਕਿਰਾਇਆ, ਤੇ 10-10 ਰੁਪਏ ਦਾ ਨੋਟ ਕੱਢ ਕੇ ਫੜਾਈ ਜਾਂਦੇ, ਮੈਂ ਕਿਹਨੂੰ ਕਿਹਨੂੰ ਦੇਵਾਂਗਾ ਪੈਸੇ, ਜਿਹੜੇ ਭਾਣ ਹੈ ਮੇਰੇ ਕੋਲ ਨਹੀਂ ਹੈ, ਚੇਂਜ ਨਹੀਂ ਹੈ। ਉਹਨੂੰ ਜਿਹੜੀ ਬੁੱਢੀ ਔਰਤ ਨੂੰ ਟੁੱਟ ਕੇ ਪੈ ਗਿਆ, ਪਰ ਲਿਹਾਜ਼ ਕਿਹਦਾ ਕੀਤਾ, ਪਾਲੀ ਦਾ ਲਿਹਾਜ਼ ਕੀਤਾ ਉਹਨੇ। ਚੰਗਾ ਜਾ ਪੈਸੇ ਬਣਾ ਲਿਆ ਉਤਰ ਕੇ, ਜੀਤ ਨੇ ਜ਼ਰਾ ਸਖਤ ਆਵਾਜ਼ ਨਾਲ ਆਖਿਆ। ਕਿਹਨੂੰ ਆਖਿਆ ਸਖਤ ਆਵਾਜ਼ ਨਾਲ, ਬੁੱਢੀ ਔਰਤ ਨੂੰ ਆਖਿਆ, ਕਹਿੰਦਾ ਜਾ ਕੇ ਬੱਸ ਤੋਂ ਉਤਰ ਕੇ ਪੈਸੇ ਬਣਾ ਲਿਆ, ਮੈਂ ਤੁੜਾ ਲਿਆ। ਵੇ ਵੇ ਪੁੱਤਾ, ਐਨੀ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਹੈ, ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੀ, ਬੁੱਢੀ ਨੇ ਤਰਲੇ ਨਾਲ ਆਖਿਆ। ਦੇਖੋ ਵਿਚਾਰੀ ਬਜ਼ੁਰਗ ਔਰਤ ਨਾ ਉਹਨੂੰ ਤਰਲਾ ਕਰਦੀ ਹੈ, ਕਹਿੰਦੀ ਕੋਈ ਗੱਲ ਨੀ ਪੁੱਤਰ, ਮੈਂ ਜਰਾਣਾ ਜ਼ਰੂਰੀ ਹੈ, ਤੂੰ ਮੈਨੂੰ ਬਾਕੀ ਪੈਸੇ ਨਾ ਪਟਿਆਲੇ ਜਾ ਕੇ ਦੇ ਦੀ। ਏਦਾਂ ਹੀ ਹੁੰਦਾ ਨਾ, ਉਹ ਲਿਖ ਦਿੰਦੇ ਆ ਪਰਚੀ ਤੇ, ਸਲਿਪ ਤੇ ਲਿਖ ਦਿੰਦੇ ਆ ਕਿ ਤੁਹਾਡਾ ਬਕਾਇਆ ਹੈ ਨਾ ਜਿਹੜਾ, ਜੋ ਤੁਸੀਂ ਉਤਰੋਗੇ ਉਦੋਂ ਤੁਹਾਨੂੰ ਮਿਲ ਜਾਏਗਾ। ਯੈਸ ਅੱਛਾ ਮਾਈ ਬੈਠ ਜਾ, ਆਖ ਕੇ ਟਿਕਟ ਕੱਟਣ ਲੱਗ ਪਿਆ। ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ। ਕਦੋਂ ਸੋਚ ਰਹੀ ਸੀ? ਬੱਸ ਬੈਠੀ ਆਪਣੀਆਂ ਜੋ ਉਹਨੇ ਜਾ ਕੇ ਡਿਊਟੀ ਸੰਭਾਲਣੀ ਹੈ ਨਾ ਹਸਪਤਾਲ ਵਿੱਚ, ਹੋਸਪਿਟਲ ਚ, ਉਹਦੇ ਬਾਰੇ ਸੋਚਦੀ ਜਾ ਰਹੀ ਹੈ। ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਕਿ ਹੋਸਪਿਟਲ ਜਾ ਕੇ ਮੈਂ ਨਰਸਾਂ ਨੂੰ ਕਿਹੜੀ ਡਿਊਟੀ ਦੇਣੀ ਹੈ, ਮਰੀਜ਼ਾਂ ਦੀ ਕਿਹੜੇ ਕਿਹੜੇ ਮਰੀਜ਼ ਨੂੰ ਕਿੱਦਾਂ ਮੈਂ ਡੀਲ ਕਰਨਾ, ਏਦਾਂ ਉਹਦੇ ਮਨ ਵਿੱਚ ਵਿਚਾਰ ਚੱਲ ਰਹੇ ਨੇ। ਬਸ ਰੱਖੜਾ ਕਲਿਆਣ ਤੋਂ ਰੋਲੀ ਪਿੱਛੇ ਛੱਡਦੀ ਹੋਈ ਚੰਗੀ ਕੋਲ ਪਹੁੰਚ ਗਈ। ਇਹਦਾ ਕੀ ਨਾਮ ਹੈ, ਇਹਦਾ ਕੀ ਮਤਲਬ ਹੈ? ਇਹ ਵੱਖ ਵੱਖ ਸਟੋਪੇਜ, ਰੱਖੜਾ, ਕਲਿਆਣ, ਰੋਲੀ, ਪਿੱਛੇ ਛੱਡਦੀ ਹੋਈ ਚੰਗੀ ਕੋਲ ਪਹੁੰਚ ਗਈ, ਬਸ ਅੱਗੇ ਦੀ ਅੱਗੇ ਨਿਕਲਦੀ ਜਾ ਰਹੀ ਹੈ। ਅਲੱਗ ਅਲੱਗ ਸਟੋਪੇਜ ਆ ਰਹੇ ਨੇ, ਛੋਟੇ ਛੋਟੇ ਸਟੋਪੇਜ, ਜਿਹੜੇ ਕਸਬੇ ਆਉਂਦੇ ਨੇ, ਤਹਿਸੀਲਾਂ ਆਉਂਦੀਆਂ ਨੇ, ਪਿੰਡ ਆਉਂਦੇ ਨੇ, ਉਹਨਾਂ ਨੂੰ ਚੀਰਦੀ ਹੋਈ ਅੱਗੇ ਅੱਗੇ ਬਸ ਨਿਕਲਦੀ ਜਾ ਰਹੀ ਹੈ, ਟਿਕਾਣੇ ਤੇ ਪਹੁੰਚਣੀ ਹੈ। ਯਾਰ ਅੱਜ ਇੱਧਰ ਦੀ ਚੱਲੀ ਨੀਲਾ ਪਵਨ ਕੰਨੀ ਦੀ, ਜੀਤ ਨੇ ਡਰਾਈਵਰ ਨੂੰ ਆਖਿਆ। ਹਾਂ ਜੀਤ ਨੇ ਡਰਾਈਵਰ ਨੂੰ ਇਸ਼ਾਰਾ ਕਰ ਦਿੱਤਾ ਕਿ ਅੱਜ ਤੂੰ ਕਿੱਧਰ ਦੀ ਜਾਣਾ, ਨੀਲਾ ਭਵਨ ਵੱਲ ਦੀ ਜਾਣਾ ਕਿ ਦੂਜੇ ਪਾਸੇ ਦੀ ਨਹੀਂ ਜਾਣਾ। ਇਹਦੇ ਪਿੱਛੇ ਵੀ ਕੋਈ ਗੱਲ ਹੈ ਨਾ ਕਿ ਨੀਲਾ ਭਵਨ ਵੱਲ ਦੀ ਕਿਉਂ ਜਾਣਾ, ਇਹ ਅੱਗੇ ਜਾ ਕੇ ਤੁਹਾਨੂੰ ਪਤਾ ਚੱਲੇਗਾ ਕਿ ਜਲਦੀ ਪਹੁੰਚਾਉਣਾ ਕਿਹਨੂੰ, ਮਾਸਟਰ ਡਾਕਟਰਾਣੀ ਨੂੰ, ਕਿ ਉਹ ਸ਼ਾਇਦ ਲੱਗਦਾ ਕਿ ਉਹਨੂੰ ਲੱਗਦਾ ਕਿ ਉਹ ਦੇਰ ਹੀ ਨਾਲ ਅੱਜ ਆਈ ਹੈ। ਯੈਸ
ਗੁਰਦੁਆਰੇ ਵੱਲ ਜਾਣ ਵਾਲੀਆਂ ਸਵਾਰੀਆਂ ਜ਼ਰਾ ਬੁੜਬੁੜਾਈਆਂ, ਪਰ ਹੁਣ ਤੱਕ ਤਾਂ ਬੱਸ ਮੁੜ ਕੇ ਸਿੱਧੀ ਸੜਕ ਵੀ ਪੈ ਚੁੱਕੀ ਸੀ। ਫੂਲ ਸਿਨੇਮਾ ਕੋਲ ਕੰਡਕਟਰ ਨੇ ਘੰਟੀ ਕਰਕੇ ਬੱਸ ਰੋਕ ਲਈ ਤੇ ਭਾਰੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ, ਤੁਸੀਂ ਇੱਥੇ ਉਤਰ ਜਾਓ, ਹਸਪਤਾਲ ਨੇੜੇ ਰਹੂਗਾ। ਹਾਂ, ਇਹਦਾ ਮਤਲਬ ਹੈ ਜੀਤ ਹੈ ਜਿਹੜਾ ਉਹ ਪਾਲੀ ਦਾ ਧਿਆਨ ਰੱਖਦਾ ਹੈ ਕਿ ਇਹਨੂੰ ਕਿੱਥੋਂ ਨੇੜੇ ਪਏਗਾ ਹਸਪਤਾਲ। ਉਹਨੇ ਰੂਟ ਹੀ ਬਦਲ ਲਿਆ, ਅੱਗੇ ਜਿਹੜੇ ਰੂਟ ਤੇ ਜਾਂਦਾ ਸੀ ਉਹ ਰੂਟ ਤੇ ਨਹੀਂ ਗਿਆ। ਸਵਾਰੀਆਂ ਨੇ ਆਪਸ ਵਿੱਚ ਬੁੜਬੁੜ ਕੀਤੀ ਕਿ ਕਰਦਾ ਕੀ ਪਿਆ, ਪਰ ਇੰਨੇ ਨੂੰ ਤਾਂ ਉਹਨੇ ਸੜਕੇ ਪਾ ਲਈ। ਅੱਗੇ ਗੁਰਦੁਆਰੇ ਜਾਣ ਵਾਲੀਆਂ ਸਵਾਰੀਆਂ ਬੋਲਣ ਲੱਗੀਆਂ ਗੁਰਦੁਆਰੇ ਵੱਲ ਦੀ ਜਿਹੜੀਆਂ ਜਾਂਦੀਆਂ ਨੇ, ਪਰ ਜਦੋਂ ਫੂਲ ਸਿਨੇਮਾ ਆਇਆ, ਫੂਲ ਸਿਨੇਮਾ ਸਿਨੇਮੇ ਦਾ ਨਾਮ ਹੈ ਜਿੱਥੇ ਸਟੋਪੇਜ ਆਇਆ ਬੱਸ ਦਾ, ਉੱਥੇ ਉਹਨੇ ਬੱਸ ਰੋਕੀ ਤੇ ਉਹਨੂੰ ਪਾਲੀ ਨੇ ਕਿਹਾ ਇੱਥੋਂ ਤੁਹਾਡਾ ਹਸਪਤਾਲ ਨੇੜੇ ਪੈਣਾ, ਤੁਸੀਂ ਇੱਥੇ ਹੀ ਉੱਤਰ ਜਾਓ। ਪਾਲੀ ਕਾਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ਵਿਚਾਰਾ ਬੜਾ ਚੰਗਾ ਕੰਡਕਟਰ ਹੈ, ਉਹਨੂੰ ਇੱਕ ਵਾਰੀ ਖਿਆਲ ਆਇਆ। ਯੈਸ, ਕਹਿੰਦੇ ਉਹਨੂੰ ਖਿਆਲ ਆਇਆ ਕਿ ਤਾਂ ਕਿੰਨਾ ਚੰਗਾ ਹੈ, ਮੇਰਾ ਕਿੰਨਾ ਖਿਆਲ ਹੈ ਇਹਨੂੰ ਕਿ ਕਿੱਧਰ ਦੀ ਮੇਰਾ ਰੂਟ ਹੈ ਜਿਹੜਾ ਜਲਦੀ ਮੈਂ ਆਪਣੇ ਟਿਕਾਣੇ ਤੇ ਪਹੁੰਚਣਾ। ਕਹਿੰਦੇ ਮੈਨੂੰ ਸ਼ਾਰਟਕਟ ਰੂਟ ਪਕੜਿਆ ਔਰ ਮੈਨੂੰ ਪਹੁੰਚਾ ਦਿੱਤਾ। ਮਨ ਵਿੱਚ ਖਿਆਲ ਆਉਂਦਾ ਅੱਗੇ। ਯੈਸ, ਕੌਣ ਰੀਡ ਕਰੇਗਾ ਬੇਟੇ ਅੱਗੇ? ਯੈਸ ਬੱਚੇ, ਨੈਕਸਟ ਰੇਜ ਯੂਅਰ ਹੈਂਡਸ। ਪ੍ਰਤੀਕਸ਼ਾ, ਪ੍ਰਤੀਕਸ਼ਾ ਰੀਡਿੰਗ ਕਰੋ ਬੇਟੇ। ਪ੍ਰਤੀਕਸ਼ਾ, ਹਾਂਜੀ ਮੈਮ। ਹਾਂਜੀ, ਅੱਗੇ ਕੰਟੀਨਿਊ ਕਰੋ ਰੀਡਿੰਗ। ਮੈਮ, ਮੇਰੀ ਤਬੀਅਤ ਨਹੀਂ ਠੀਕ ਹੈ, ਮੇਰੇ ਕੋ ਓਕੇ 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 ਓਕੇ। ਖਿਆਤੀ, ਖਿਆਤੀ। ਯੈਸ ਬੇਟੇ, ਹਰਮਨ, ਚਾਰਵੀ। ਬੱਚੇ, ਮੈਂ ਸਭ ਬੱਚਿਆਂ ਦੇ ਨੇਮ ਲਵਾਂ ਵਿਲਿੰਗਲੀ, ਤੁਸੀਂ ਰੀਡਿੰਗ ਕਿਉਂ ਨਹੀਂ ਕਰਦੇ? ਜੀਆ, ਜੀਆ ਬੇਟੇ, ਤੁਸੀਂ ਕਰੋਗੇ ਰੀਡਿੰਗ? ਯੈਸ ਬੇਟੇ, ਜੀਆ। ਹਾਂਜੀ ਬੇਟੇ, ਜੀਆ। ਯੈਸ ਮੈਮ। ਯੈਸ ਬੇਟੇ, ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ, ਜਦੋਂ ਉਹ ਸਟੇਸ਼ਨ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਇਸੇ ਬੱਸ ਦਾ ਇੱਕ ਕੰਡਕਟਰ ਨੂੰ ਪੌਣਾ ਘੰਟਾ ਨੂੰ ਅੰਡਰਲਾਈਨ ਕਰੋ ਵਨ ਮਾਰਕ ਕੁਐਸਚਨ ਲਈ। ਜਦੋਂ ਵਾਪਸ ਜਾਣ ਲੱਗੀ ਤਾਂ ਸਟੇਸ਼ਨ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੱਸ ਉੱਪਰ ਤੱਕ ਭਰ ਗਈ ਹੈ ਨਾ, ਸਵਾਰੀਆਂ ਬਹੁਤ ਜ਼ਿਆਦਾ ਆ ਗਈਆਂ, ਧੜਾ ਧੜ ਸਵਾਰੀਆਂ ਆਈ ਜਾ ਰਹੀਆਂ ਸਨ, ਤੇ ਉਹ ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦੇ ਇੰਤਜ਼ਾਰ ਕਰਦੀ ਰਹੀ। ਯੈਸ, ਕਿਸੇ ਬੱਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿੱਲਣ ਦਾ ਗਾਣਾ ਗੁਣਾਉਂਦਾ ਦੋ ਤਿੰਨ ਵਾਰੀ ਪਾਲੀ ਦੇ ਅੱਗੋਂ ਦੀ ਲੰਘਿਆ। ਦੇਖੋ ਹੁਣ ਜਦੋਂ ਲੇਡੀ ਡਾਕਟਰ ਹੈ, ਅਨਮੈਰਿਡ ਹੈ ਨਾ, ਉਹ ਜਦੋਂ ਜਾਂਦੀ ਹੈ ਨਾ, ਕਈ ਤਰ੍ਹਾਂ ਦੇ ਲੋਕ ਮਿਲਦੇ ਨੇ ਰਾਹ ਵਿੱਚ ਜਿਹਨਾਂ ਨੂੰ ਤਮੀਜ਼ ਵੀ ਨਹੀਂ ਹੁੰਦੀ, ਲਿਆਕਤ ਨਹੀਂ ਹੁੰਦੀ। ਕਹਿੰਦੇ ਇੱਕ ਬੱਸ ਦਾ ਕੰਡਕਟਰ ਕੀ ਕਰਦਾ ਪਿਆ ਸੀ, ਉੱਪਰੋਂ ਆਪਣਾ ਉੱਪਰਲੀ ਸ਼ਰਟ ਦਾ ਜਿਹੜਾ ਕਾਲਰ ਵਾਲਾ ਨਾ, ਗਲਮੀ ਦਾ ਮੀਨਸ ਕਾਲਰ ਦਾ ਬਟਨ ਖੋਲਿਆ ਹੋਇਆ, ਐਵੇਂ ਇੱਧਰ ਉੱਧਰ ਦੇ ਫਿਲਮੀ ਗਾਣੇ ਗਾਏ ਜਾ ਰਿਹਾ, ਗੁਣਗੁਣਾਈ ਜਾ ਰਿਹਾ, ਤੇ ਦੋ ਤਿੰਨ ਵਾਰੀ ਪਾਲੀ ਕੋਲੋਂ ਲੰਘਿਆ। ਮੀਨ ਟੌਂਟਿੰਗ ਵੇ ਨਾਲ, ਉਹਨੂੰ ਟੋਰਚਰ ਕਰਨ ਲਈ, ਇੱਦਾਂ ਲੱਗਿਆ ਕਿ ਉਹਨੂੰ ਮੇਰਾ ਮਜ਼ਾਕ ਬਣਾਏਗਾ, ਇਹ ਮੈਨੂੰ ਮਜ਼ਾਕ ਕਰੇਗਾ। ਯੈਸ, ਪਤਾ ਨਹੀਂ ਕਿਉਂ ਲੋਕੀ ਇਸ ਵੱਲ ਅੱਖਾਂ ਪਾਰ ਪਾਰ ਤੱਕਦੇ ਸਨ। ਅਗਲੇ ਦਿਨ ਫਿਰ ਚਾਨਸ ਅਦੇਹਾ ਹੋਇਆ ਕਿ ਜਦੋਂ ਉਹ ਨਾਭੇ, ਚਾਨਸ ਮੀਨਸ ਅਗਲੇ ਦਿਨ, ਫਿਰ ਚਾਂਸ ਲਈ, ਚਾਂਸ ਮੀਨਸ ਅਚਾਨਕ, ਫਿਰ ਅਜਿਹਾ ਹੋਇਆ, ਫਿਰ ਅਜਿਹਾ ਹੀ ਮੌਕਾ ਆਇਆ। ਚਾਨਸ ਮੀਨਸ ਇੰਗਲਿਸ਼ ਚ ਇਹਨੂੰ ਚਾਂਸ ਕਹਿੰਦੇ ਆ, ਜਿਵੇਂ ਆਪਾਂ ਚਾਂਸ ਕਹਿੰਦੇ, ਫਿਰ ਉਹੀ ਮੌਕਾ ਆ ਗਿਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ। ਯੈਸ, ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜਫੜ ਉਤਾਰ ਰਿਹਾ ਸੀ। ਉਹ ਇੱਕ ਪਲ ਪਾਲੀ ਕੋਲ ਆਇਆ ਤੇ ਆਖਣ ਲੱਗਾ, ਤੁਸੀਂ ਅਗਲੀ ਸੀਟ ਤੇ ਚੋਲਾ ਚੁੱਕ ਕੇ ਬੈਠ ਜਾਵੋ, ਤੁਹਾਡੀ ਖਾਤਰ ਸੀਟ ਰੱਖੀ ਹੈ। ਕਹਿੰਦਾ ਤੁਹਾਡੀ ਖਾਤਰ ਸੀਟ ਰੱਖੀ ਹੈ, ਬੱਸ ਸਵਾਰੀਆਂ ਨਾਲ ਭਰੀ ਪਈ ਹੈ, ਤੇ ਉਹ ਵਾਧੂ ਸਵਾਰੀਆਂ ਨੂੰ ਨਾ ਉਤਾਰ ਰਿਹਾ ਕਿ ਤੁਹਾਡੀ ਹੁਣ ਸੀਟ ਨਹੀਂ ਹੈ। ਪਰ ਜਦੋਂ ਪਾਲੀ ਆਈ ਹੈ, ਪਾਲੀ ਨੂੰ ਦੇਖ ਕੇ ਉਹਨੇ ਕਹਿਤਾ ਤੁਹਾਡੀ ਸੀਟ ਰੱਖੀ ਹੋਈ ਹੈ ਜੀ, ਤੁਸੀਂ ਅਗਲੀ ਸੀਟ ਤੇ ਬੈਠੋ ਆਰਾਮ ਨਾਲ, ਆਪਣਾ ਝੋਲਾ ਰੱਖ ਕੇ, ਝੋਲਾ ਮੀਨਸ ਬੈਗ ਰੱਖ ਕੇ। ਹੁਣ ਉਹਦੀ ਪੰਜਾਬੀ ਲੈਂਗੁਏਜ ਨਾ, ਬੈਗ ਨੂੰ ਝੋਲਾ ਕਹਿੰਦਾ ਬੱਸ ਕੰਡਕਟਰ, ਕਹਿੰਦਾ ਜੀ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਤੁਹਾਡੀ ਸੀਟ ਅੱਗੇ ਸੇਫ ਹੈ। ਯੈਸ,
ਕਈ ਕੁਰਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ। ਹੁਣ ਜਿਹੜੀ ਪਾਲੀ ਦੀ ਸੀਟ ਰੱਖੀ ਹੋਈ ਹੈ, ਸਵਾਰੀਆਂ ਨੇ ਤਾਂ ਇਤਰਾਜ਼ ਕਰਨਾ ਨਾ ਕਿ ਸਾਨੂੰ ਇਹ ਏਦਾਂ ਪੈਂਦਾ ਹੈ ਤੇ ਸਾਡੇ ਲਈ ਕੋਈ ਸੀਟ ਦਾ ਪ੍ਰਬੰਧ ਨਹੀਂ ਹੈ, ਇਹ ਪਿੱਛੋਂ ਆਈ ਹੈ ਤੇ ਇਹਦੇ ਲਈ ਇਹਨੇ ਸੀਟ ਸਪੈਸ਼ਲ ਰੱਖੀ ਹੋਈ ਹੈ। ਸਵਾਰੀਆਂ ਨੂੰ ਘੂਰਦੀਆਂ ਨੇ, ਘੂਰਨਾ ਮੀਨਸ ਬੜੀ ਗੁੱਸੇ ਵਾਲੀ ਨਜ਼ਰ ਚ ਦੇਖਦੀਆਂ ਨੇ, ਪਰ ਚੁੱਪ ਨੇ, ਬੋਲ ਥੋੜੀ ਸਕਦੀਆਂ ਨੇ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ। ਪਾਲੀ ਨੂੰ ਦਿਲ ਵਿੱਚ ਇੱਕ ਵਾਰੀ ਫੇਰ ਖਿਆਲ ਆਇਆ। ਹਾਂ, ਉਹਨੂੰ ਖਿਆਲ ਆਉਂਦਾ ਹੈ ਕਿੰਨਾ ਚੰਗਾ ਕੰਡਕਟਰ ਹੈ ਕਿ ਜਿਸ ਦਿਨ ਇਹ ਕੰਡਕਟਰ ਬੱਸ ਚ ਆਉਂਦਾ ਨਾ, ਮੇਰਾ ਦਿਨ ਬੜਾ ਹੀ ਆਰਾਮ ਨਾਲ ਨਿਕਲਦਾ, ਸੌਖਾ ਨਿਕਲਦਾ, ਕਿ ਕਿੱਦਾਂ ਮੇਰੇ ਨਾਲ ਇਹਦੀ ਜਿਹੜੀ ਬਿਹੇਵੀਅਰ ਹੈ, ਵਰਤਾਰਾ ਹੈ, ਬਹੁਤ ਅੱਛਾ ਹੈ, ਕਿ ਮੈਨੂੰ ਲੱਗਦਾ ਕਿ ਇਹ ਸਾਊ ਹੈ, ਇਹ ਅੱਛੀ ਫੀਲਿੰਗ ਵਾਲਾ ਹੈ। ਲੋਕ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹੀ ਨੇ ਨਾ, ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਹੀ ਹੈ ਕਿ ਇਹਦਾ ਪਤਾ ਨਹੀਂ ਇਹਦੇ ਨਾਲ ਕੀ ਰਿਸ਼ਤਾ ਹੈ। ਯੈਸ, ਬਦਲੀ ਮੁੜ ਨਾਭੇ ਦੀ ਕਰਾਉਣ ਵਿੱਚ ਜਿਉਂ ਜਿਉਂ ਦੇਰ ਹੋ ਰਹੀ ਸੀ, ਪਾਲੀ ਦੁਖੀ ਹੁੰਦੀ। ਪਾਲੀ ਤਾਂ ਦੁਖੀ ਹੋ ਰਹੀ ਹੈ। ਬੱਸਾਂ ਦੀ ਖੜਖੜ, ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜੇ ਰਹਿੰਦੇ। ਕਈ ਵਾਰ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ, ਉਹਦੇ ਵਧੀਆਂ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਉਣ ਲੱਗਦਾ। ਦੇਖੋ ਜੀ, ਬੱਸ ਵਿੱਚ ਤਾਂ ਹਰ ਤਰ੍ਹਾਂ ਦੀਆਂ ਸਵਾਰੀਆਂ ਆਉਣੀਆਂ ਨੇ। ਇਹ ਤਾਂ ਹੈ ਨੀ ਕਿ ਬੱਸ ਵਿੱਚ ਬੜੀ ਲਗਜ਼ਰੀ ਬੱਸ ਹੈ, ਬੜੇ ਅਮੀਰਾਂ ਨੇ ਬੈਠਣਾ, ਜਿਹੜੇ ਸ਼ਾਹੀ ਠਾਠਵਾਰ ਨਾਲ ਰਹਿੰਦੇ ਨੇ। ਹਰ ਗਰੀਬ ਗੁਰਬੇ ਵਾਲੀ ਸਵਾਰੀ ਵੀ ਹੈ, ਔਰ ਕਈ ਇਹੋ ਜਿਹੀਆਂ ਸਵਾਰੀਆਂ ਮਾੜ ਚੂਜੀਆਂ ਵੀ ਹੈਗੀਆਂ ਨੇ, ਜਿਹਨਾਂ ਦੇ ਕੱਪੜੇ ਕੁਪੜੇ ਕਈ ਮਹਿਲੇ ਕੁਚਾਲੇ ਪਾਏ ਹੋਏ ਨੇ। ਹੁਣ ਜਿਹੜੀ ਪਾਲੀ ਹੈ ਨਾ, ਉਹ ਕਈ ਵਾਰੀ ਬੜੀ ਪਰੇਸ਼ਾਨ ਹੁੰਦੀ ਹੈ ਸਫ਼ਰ ਦੇ ਦੌਰਾਨ। ਅੱਕ ਚੁੱਕੀ ਹੈ ਕਿ ਮੇਰੀ ਕਿਉਂ ਨੀ ਬਦਲੀ ਹੋ ਰਹੀ, ਕਿ ਮੇਰੀ ਬਦਲੀ ਨਾਭੇ ਦੀ ਕਰਾਉਣ ਵਿੱਚ ਦੇਰੀ ਕਿਉਂ ਲੱਗ ਰਹੀ ਹੈ, ਮੈਂ ਬੱਸ ਦਾ ਸਫ਼ਰ ਕਰ ਨਹੀਂ ਸਕਦੀ। ਕਿਉਂਕਿ ਬੱਸ ਦੇ ਸਫ਼ਰ ਦੇ ਦੌਰਾਨ ਉਹਨੂੰ ਕਈ ਵਾਰੀ ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਨਾਲ ਉਹਦਾ ਵਾਹ ਪੈਂਦਾ ਹੈ। ਕਈ ਵਾਰੀ ਮੋਟੀਆਂ ਸਵਾਰੀਆਂ ਆ ਜਾਂਦੀਆਂ ਨੇ ਹੈਲਥ ਵਾਈਜ਼, ਤੇ ਸੀਟ ਤੇ ਬੈਠਣ ਚ ਪ੍ਰੋਬਲਮ। ਕਈ ਵਾਰੀ ਜਦੋਂ ਮੋਟੀ ਸਵਾਰੀ ਬੈਠੀ ਹੁੰਦੀ ਤਾਂ ਉਸਦੇ ਕੱਪੜੇ ਆ ਜਿਹੜੇ ਪ੍ਰੈਸ ਕੀਤੇ ਹੋਏ ਕੱਪੜੇ ਵੱਟੋ ਵੱਟ ਹੋ ਜਾਂਦੇ, ਇੱਧਰ ਉੱਧਰ ਕਰਕੇ ਵੱਟੋ ਵੱਟ ਹੋ ਜਾਂਦੇ। ਕਈ ਵਾਰੀ ਸਵਾਰੀਆਂ ਜਿਹੜੀਆਂ ਨਹਾ ਧੋ ਕੇ ਨਹੀਂ ਆਈ ਜਾਂਦੀਆਂ, ਮੈਲੇ ਕੁਚਾਲੇ ਕੱਪੜੇ ਪਾਏ, ਉਹਨਾਂ ਵਿੱਚੋਂ ਪਸੀਨੇ ਦੀ ਸਮੈਲ ਆਉਂਦੀ ਹੈ। ਅਜਿਹੀਆਂ ਗੱਲਾਂ ਕਰਕੇ ਨਾ ਪਾਲੀ ਬਹੁਤ ਪਰੇਸ਼ਾਨ ਹੋਈ ਹੈ ਕਿ ਕਿਸੇ ਤਰ੍ਹਾਂ ਮੇਰੀ ਬਦਲੀ ਉਹ ਜਿਹੜੀ ਹੈ ਨਾ ਨਾਭੇ ਦੀ ਹੋ ਜਾਏ, ਕਿ ਦੇਰੀ ਪਤਾ ਨਹੀਂ ਕਿਉਂ ਲੱਗ ਰਹੀ ਹੈ। ਯੈਸ, ਫਿਰ ਇੱਕ ਦਿਨ ਜਦੋਂ ਪਾਲੀ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ, ਆਖ ਜੀਤ ਅੱਗੋਂ ਲੰਘਿਆ। ਨਹੀਂ ਬਾਈ, ਪੈਸੇ ਲੈ ਲੈ, ਪਾਲੀ ਨੇ ਜ਼ੋਰ ਲਾਇਆ। ਨਹੀਂ ਫਕਰ ਪੈ ਗਿਆ, ਬਾਈ ਦਾ ਮਤਲਬ ਹੈ ਨਹੀਂ ਵੀਰੇ ਪੈਸੇ ਲੈ ਲੈ, ਬਾਈ ਦਾ ਮੀਨਿੰਗ ਹੁੰਦਾ ਨਹੀਂ ਵੀਰੇ ਪੈਸੇ ਲੈ ਲੈ, ਠੀਕ ਹੈ, ਭਰਾ ਜਿਹਨੂੰ ਕਹਿੰਦੇ ਨੇ ਬ੍ਰਦਰ, ਹਨਾ, ਪੈਸੇ ਲੈ ਲੈ। ਕਿਉਂ ਪੈਸੇ ਕਿਉਂ ਨੀ ਲੈਣੇ, ਪਾਲੀ ਨੇ ਜ਼ੋਰ ਲਾਇਆ ਕਿ ਤੇਰੀ ਵੀ ਕਮਾਈ ਹੈ, ਕੋਈ ਤੂੰ ਮੈਂ ਤੇਰਾ ਤਾਂ ਕੋਈ ਰਿਸ਼ਤੇਦਾਰੀ ਥੋੜੀ ਹੈ ਜਿਹੜਾ ਤੂੰ ਮੇਰਾ ਲਿਹਾਜ਼ ਕਰਨਾ। ਕੀ ਫੱਕਰ ਪੈ ਚੱਲਿਆ ਹੈ, ਕੀ ਫਰਕ ਪੈ ਚੱਲਿਆ, ਫੱਕਰ ਨਹੀਂ ਹੈ ਬੇਟੇ, ਕੀ ਫਰਕ ਪੈ ਚੱਲਿਆ ਹੈ, ਆਖ ਆਖ ਉਹ ਅਗਾ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ। ਝਗੜਾ ਕਰਨਾ ਪਾਲੀ ਨੂੰ ਚੰਗਾ ਨਾ ਲੱਗਿਆ ਤੇ ਉਹ ਚੁੱਪ ਕਰਕੇ ਬੈਠ ਗਈ। ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਾ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ, ਤਿੰਨ ਸੌ ਰੁਪਇਆ ਕਮਾਉਣ ਵਾਲੀ ਡਾਕਟਰ ਕੁੜੀ ਲਈ ਸਾਡੇ 10 ਆਨੇ ਭਲਾ ਕੀ ਮਾਇਨੇ ਰੱਖਦੇ ਸਨ। ਉਹ ਸੋਚਦੀ ਹੈ ਕਿ ਮੈਂ 300 ਰੁਪਇਆ ਕਮਾਉਂਦੀ ਹਾਂ, ਮੇਰੇ ਲਈ 10 ਆਨੇ ਕੀ ਚੀਜ਼ ਨੇ, ਕੀ ਮਾਇਨੇ ਰੱਖਦੇ, ਕੋਈ ਅਰਥ ਨਹੀਂ ਰੱਖਦੇ। ਤੇ ਉਹਨੂੰ ਅੰਦਰੋਂ ਅੰਦਰ ਹੀ ਸੋਚਦੀ ਕਿ ਇਹਨੇ ਪੈਸੇ ਕਿਉਂ ਨੀ ਲਏ। ਇਸ ਗੱਲ ਤੇ ਉਹ ਬੜੀ ਪਰੇਸ਼ਾਨ ਹੈ, ਉਹ ਪੈਸੇ ਦੇਣਾ ਚਾਹੁੰਦੀ ਹੈ, ਕਹਿੰਦਾ ਮੇਰੇ ਲਈ 10 ਆਨੇ ਕੀ ਚੀਜ਼ ਹੈ, 10 ਆਨੇ ਕਿਰਾਇਆ ਹੈ ਇੱਕ ਸਾਈਡ ਦਾ। ਨੈਕਸਟ ਕੌਣ ਰੀਡਿੰਗ ਕਰੇਗਾ ਬੱਚੇ? ਯੈਸ ਬੇਟੇ, ਯੈਸ ਬੇਟੇ, ਨੈਕਸਟ ਜਸਲੀਨ, ਲੀਜ਼ਾ ਕਰੇਗੀ ਰੀਡਿੰਗ। ਲੀਜ਼ਾ ਕਰੋ ਰੀਡਿੰਗ ਅੱਗੇ ਬੇਟੇ, ਲੀਜ਼ਾ, ਲੀਜ਼ਾ। ਯੈਸ ਮੈਮ, ਯੈਸ ਮੈਮ।
यस बेटी। अगले दिन वो जान के 5 मिनट देर नाल गई। उसने सोचा आज पी अंडरलाइन करो के वो अगले दिन जो एक दिन उसने कंडक्टर ने पैसे ना लाए तो अगले दिन वो कितने मिनट लेट गई है 5 मिनट देरी नाल गई है कि मैं बस च जाना ही नहीं है। उसने सोचा आज पीपल बस ते नहीं सगो पेप्सू रोड बस ते जावांगी। की फजूल गल है कि अंडरलाइन करो ये बसों दे नाम ने कहंदी अज ने पीपल बस ते नहीं जाना सगो पेप्सू रोडवेज बस ते जाना। की फजूल गल है कि सवारी तो पैसे ना ले जान कि मन विच सोचदी है कहंदी किद्दां दी गल है फालतू जी गल है कि मेरे तो पैसे ही नहीं लाने इन्हें बस कंडक्टर ने कहंदी मैनूं ये गल चंगी नहीं लगी अज मैं इस बस च जाना ही नहीं है। पर वो देख हैरान हुई कि ड्राइवर बस स्टार्टर स्टार्ट करी खड़ा सी ते कंडक्टर नु वाजा मार रिया सी। हां कहंदी पर वो देख ओए आंदा हुन वो हैरान रह गई कि ड्राइवर है जड़ा ओहो बस तैयार करी खड़ा ते कंडक्टर नु वाजा मार रिया। ओए आंदा हुन क्यों भैन मी वड्डी है एडी छेती जाने मी आंदा है जीत ने होली होली आंदे आख्या। फिर जीत ही आ गया उसे बस च भी क्यों पैरमी वड्डी है कहना क्यों तू रोला पाया मैं आंदा था पिया। अगे पहुंचना है के नहीं मड़का नाल ही आंदा है ड्राइवर बोलिया। मड़का नाल मीन्स कहना है अख मटकन दे कर, नखरे करदा आना है तू बड़ी चाल होली चाल चलदिया होया नखरे आकड़ा भंदा आ रहे हैं तेनू नहीं पता कि अपने टिकाने ते असी समय सिर पहुंचना किन्ने बोलिया ड्राइवर रोला पा रहा कि जल्दी चल के आ। चलो बीबी बैठो अगली सीट ते ताकि खोल दिया जीत ने आख्या। मैम साहिबा किन्नू आख्या पाली नू आख्या वो तो जाना ही नहीं चाहती वो तो दूसरे पासे उड़ीक कर रही सी ये नहीं पता कि ये तो बस का फेर वही है ड्राइवर भी तो कंडक्टर भी उन्हें की कहता चलो बीबी बैठो अगली सीट ते जड़ी सीट ओदे लिए रखी हुई है स्पेशल। मैम साहिबा तो बिना बस किवें तुर पैंदी पिछों पिछों नाभे तो पटियाले हर रोज आने वाला एक क्लर्क होली जही बोलिया उन्हें टोंट कसिया कहना मेम सभा ने उड़ीक करके तो उन्हें बस तोरनी सी ताई तो उदी बस नहीं सी तोरिया उन्होंने इन्ना पता कि यदा रिश्ता की खुलना अगे जाके कहना मेम सभा की उड़ीक तो बिना यह बस तोर सकता सी। वो क्लर्क भी रोज जाता है रोज देखता है कि यह पाली दे नाल किदां अच्छा वतीरा रखता है। जीत ने कूर के ओदे वाल वेख्या सब चुप कर गए। जदों भी कोई पाली वाल कोई कूर के तकदा है जां गल बनांदा ना जिहड़ा बस कंडक्टर जीत है ओदे वाल औखा होके देखदा ते सारे चुप कर जांदे। पाली ने पैसे कड्डे पर ओदे वार वार आखण ते जीत ने ना कर दित्ती। पाली नू डाडा गुस्सा आया इस बेईमानी विच ऐ मैनू भी हिस्सेदार बना रहा है पर केड़ा पैसे लेके टिकट नहीं कटदा। उनू ए भी है कि ये तो कंपनी नाल धोखा कर रहा है कि मैनू टिकट नहीं दे रहा है टिकट कटदा भी नहीं है कहिंदा ये तां मतलब ये बेईमान है ते मैनू भी बेईमानी दा हिस्सा बना रहा है जो तो मेरे तो पैसे नहीं लैंदा ते मैनू लगदा कि मैं भी बेईमानी दे रस्ते ते तुर पई हां। ओहदे मन विच इह जिहे ख्याल आंदे है कि मेरी टिकट क्यों नहीं कटदा ये तो अपनी जिस कंपनी दे विच ये नौकरी कर रहा है कंडक्टर दी ओहदे नाल भी धोखा कर रहा है। यस पर कंपनी नाल तो धोखा ही है ना वो सोच ही रही सी कि बस खड़ी कर एक चैकर चढ़ गया हुण ओनू मुसीबत बन गई पाली नू कि चैकर आ गया वो तो टिकट चैक करेगा मेरे कोल तो टिकट ही है नहीं क्योंकि चैकर का काम है टिकट नू चैक करना सवारियां तो टिकट मंगना। यस लोका दिया वो जदों टिकटा देख रहा सी तब पाली तैलियों तेली हो गई तैलियों तेल हो गई पसीने चढ़ गए जदों अचानक चैकर आ जाए ना अपन ट्रेन च सफर करिए बस च सफर करिए ते टिकट विदाउट टिकट कोई सवारी बैठी होवे वो तो पसीने छुट जाते कि मैं हुण की करांगा सारियां सवारियां सामने मेरी निमोशी हो जानी है। यस किड्डी शर्म दी गल है कि मेरे कोल टिकट ही नहीं मैं आख देंगी कि कंडक्टर ने दिता ही नहीं मैं मंगिया से उन्हें सोचा हाँ पर बेचारा फसेगा उन्हें ये भी ख्याल आ गया कि इन्हें तो फस जाना।
नहीं कह देवांगी मैं लेना भूल गई, पर नहीं मैं कानू झूठ बोला। ओदे अंदर बहस होने लगी। इन्हें नु चेक कर ओदे कोल आ पहुंचया। जी टिकट चेकर ने अजे आखिया ही सी कि जीत ने अपनी जेब विचों टिकट कट के किया, एह बीबी मेरी पैन है, इन्हां दा टिकट मेरे कोल है। हाँ इत्थे हुण रिश्ता खुलिया। जदों टिकट मंगी जी टिकट, पाली कोल आके चेकर ने क्या कहिंदा इहदी टिकट मेरे कोल, अपनी जेब चो कट के दिंदा। ते हुण पाली ने महसूस ना इहने तां टिकट कट्टी हुई अपने पैसों वल्लों, इह कंपनी नाल कोई धोखा नहीं कर रहा। ते की कहिंदा इह बीबी तां मेरी भैन है, इहदी टिकट तां मेरे कोल है। हुण भैन क्यों कहा उहने पाली नूं? यस हुण कहानी दा पूरे दा कंक्लूजन निकलदा। यस टिकट देख के चेकर एक बारी गोडिया तो कसे पजामे ते कूनिया तो फटे खाकी कपड़िया वाले कंडक्टर ते कीमती साड़ी वाली डाक्टरनी वाल तक के अखां ही अखां विच मुस्कुराया। कहना इन्हें तो एवं उपरों उपरों कह दिता मेरी भैन है। वो मुस्कुराया कि उहदी ड्रैस किदां दी है, बस कंडक्टर की हालत किन्नी है, उहदे कपड़े मैले कुचाले ते फटे हुए ने, गरीबी की हालत चो निकलिया लगता। तो इधर डॉक्टर नाल इहदा रिश्ता की हो गया? वो ये सब कुछ महसूस करता है। कौन चेकर? अगे देखो जीत लोहा लखा हो गया, गुस्से च आ गया। चेकर छेती नाल बस कहिंदा जीत गुस्से च आ गया कि कह की गया। पाली हैरान परेशान सोच रही थी कि 60 रुपया विच गुजारा करने वाला है, मतलब ओदी तनखा किन्नी? बस कंडक्टर की 60 रुपए ते पाली की किन्नी? 300 रुपया। खबरे किसी दिन रोटी खुनो भी रह के मेरे टिकट के पैसे पूरा करता हो। मैं तो समझ नहीं आती कि मेरे टिकट के पैसे क्यों देता है। यह तो कई बार भुखा भी सो जाता होना, यह तो रोटी का गुजारा ही मुश्किल ना चलता होना। हस्पताल विच पाली नूं किन्नी बारी यह गल याद आई, जाके बड़ी बेचैनी विच रही कि गल की बनी। शाम नूं जदों दोबारा वापस पहुंची तो हौली हौली तुरदा उदास जीत ओहदे कोल आया। की दसदा है? मेरी वड्डी भैन लाहौर डाक्टरी पढ़ती सी, वह दसदा कि मैनू तेरे चो भैन अपनी नजर आती है, कि वह लाहौर विच पढ़ती सी। वन मा क्वेश्चन, हल्या वह उत्थे उत्थे विच मारी गई? हल्या विच, हल्ले मीन्स 1947 के दंगे फसाद हुए, देश की वंड समय उहदा सारा परिवार मारिया गया, विच उहदी भैन भी, बाकी घर दे भी मर गए। मैं रुलदा खुलदा इधर आ गया, पढ़ाई भी नहीं मैं कितों करनी सी पढ़ाई, जब मेरा कोई रहा ही नहीं। कई बारी तो रोटी भी नसीब नहीं हुई। सारी गल कि शेयर करता है पाली नाल। फिर कंडक्टर बन गया, कहिंदा मैनूं नौकरी मिल गई कंडक्टर दी। तुहाडा बैग ते टूटियां जिहां देख के, टूटियां मीन्स स्टैथोस्कोप, मैनूं अपनी मरी हुई भैन अमरजीत याद आ गई। भैन का नाम की है? अमरजीत। अगों ओहदा गला भर गया, अगों रोण लग पिया। ओहदी मरी हुई भैन उहनूं याद आई, अथरू वहाण लग पिया कि मैनूं तुहाडे चो अपनी भैन नजर आउंदी सी, इस करके मेरी तुहाडे नाल बहुत जज्बाती सांझ मैं पाई रखी है तुहाडे नाल। पाली डाढ़ी बेचैन हुई, उहनूं समझ ना लगी उह की आखे। इन्ने नूं बस आ गई, उह काली नाल उधर नूं तुर पिया। ते पाली उहनूं जांदियां नूं डाढ़ियां मोह भिजियां अखां नाल तकदीरी, मोह मीन्स प्यार भिजियां, उह भी उहनूं अपना प्यार भरा समझ लग गई। भैन भरा दा प्यार उभर के सामने आया। एक बस कंडक्टर ने अपनी भैन नजर आती है किदे विच? लेडी डॉक्टर दे विच, जिस करके उन्हें उस नाल हमेशा लई हमदर्दी बनाई रखी है जदों भी वह बस विच सफर करती है। इत्थे एक कहानी कंप्लीट होंदी है बेटे। ये कहानी एक सच्चे सुच्चे पवित्र प्रेम की कहानी है। किहड़े प्रेम की कहानी? कि एक बस कंडक्टर नूं पाली डॉक्टर दे विचों अपनी मरी हुई भैन दे नैनक्श नजर आते ने, इस करके वह उसके नाल विशेष उचेच ध्यान ओहदा रखता है। क्लीयर है बेटे? हुण नैक्सट क्लास विच आपां क्वेश्चन आंसर डिस्कस करांगे। तुसीं बैक एक्सरसाइज क्वेश्चन है ना, आंसर फ्रेम करके रखने हन, अपने आप फ्रेम करने ने एक बारी कहानी रीड करके बेटे। ठीक है बच्चे? क्लीयर है बेटे? और रीडिंग च पार्टिसिपेट करिया करो, क्लास पार्टिसिपेशन जरूरी होंदी है। और अपना टेस्ट प्रिपेयर कर लेना बेटे। टेस्ट कादा है? बेबे वार्तक लेख ते विस्मित ते किस्मा। थैंक यू सो मच।